ਹੈਲੋ ਐਵਰੀਵਨ, ਜਿਹੜਾ ਅੱਜ ਸਾਨੂੰ ਕੁਐਸਚਨ ਆਇਆ ਵਾ, ਕਿਸੇ ਮਦਰ ਨੇ ਪੁੱਛਿਆ ਵਾ ਕਿ ਆਪਣੇ ਬੱਚੇ ਦਾ ਬਿਹੇਵੀਅਰ ਕਿਵੇਂ ਅਸੀਂ ਚੇਂਜ ਕਰੀਏ ਜਾਂ ਬਿਹੇਵੀਅਰ ਨੂੰ ਰਿਸਪੋਂਡ ਕਿਵੇਂ ਕਰੀਏ ਜਦੋਂ ਸਾਡਾ ਕੋਈ ਬੱਚਾ ਗਲਤ ਬਿਹੇਵੀਅਰ ਕਰਦਾ ਬਾਹਰ, ਉਹਨੂੰ ਅਸੀਂ ਕਿਵੇਂ ਸਮਝਾਉਣਾ ਜਾਂ ਕਿਵੇਂ ਉਹਨੂੰ ਰਿਸਪੋਂਡ ਕਰਨਾ। ਸੋ ਪਹਿਲਾਂ ਤਾਂ ਮੈਂ ਇਹ ਕਹਿ ਦੇਵਾਂ ਕਿ ਜਦੋਂ ਫੋਰ ਇਗਜ਼ਾਮਪਲ ਅਸੀਂ ਤੁਹਾਡੇ ਬੱਚੇ ਨੇ ਕੱਚ ਦਾ ਗਲਾਸ ਤੋੜਿਆ ਵਾ, ਜਾਂ ਤੁਹਾਡੇ ਬੱਚੇ ਨੇ ਯੂਨੋ ਟੀਵੀ ਦਾ ਰਿਮੋਟ ਚਲਾ ਕੇ ਮਾਰਿਆ ਵਾ, ਜਾਂ ਇੱਦਾਂ ਦਾ ਕੋਈ ਬਿਹੇਵੀਅਰ ਕੀਤਾ ਵਾ, ਪਹਿਲਾਂ ਤਾਂ ਤੁਹਾਡਾ ਮਕਸਦ ਇਹ ਆ ਕਿ ਤੁਸੀਂ ਬਿਹੇਵੀਅਰ 'ਤੇ ਅਟੈਕ ਕਰਨਾ, ਤੁਸੀਂ ਉਸ ਬੱਚੇ ਦੀ ਆਈਡੈਂਟੀ 'ਤੇ ਅਟੈਕ ਨਹੀਂ ਕਰਨਾ। ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਬੱਚੇ ਨੂੰ ਇਹ ਰਿਸਪੋਂਡ ਕਰੋਗੇ ਕਿ ਤੂੰ ਤਾਂ ਜਮਾਂ ਹੀ ਬੁਰਾ ਵਾ, ਤੂੰ ਹਰ ਕੰਮ ਕੋਈ ਬੁਰਾ ਕਰਿਆ ਕਰ, ਤੂੰ ਹਮੇਸ਼ਾ ਮੇਰੇ ਲਈ ਕੰਮ ਵਧਾਉਣਾ, ਤੂੰ ਹਮੇਸ਼ਾ ਗਲਤ ਕੰਮ ਕਰਦਾ, ਤੂੰ ਹਮੇਸ਼ਾ ਇਹਨਾਂ ਚੀਜ਼ਾਂ ਨਾਲ ਐਂ ਕਰਦਾ ਵਾ, ਤੂੰ ਬਹੁਤ ਬੁਰਾ ਵਾ, ਇਹ ਹੈਗਾ ਉਹਦੀ ਆਈਡੈਂਟੀ 'ਤੇ ਅਟੈਕ। ਇਹਦਾ ਮਤਲਬ ਹੈ ਕਿ ਤੁਸੀਂ ਬਿਹੇਵੀਅਰ 'ਤੇ ਨਹੀਂ ਫੋਕਸ ਕੀਤਾ, ਤੁਸੀਂ ਉਹਨੂੰ ਬੁਰਾ ਬਣਾਉਣ 'ਤੇ ਫੋਕਸ ਕੀਤਾ। ਹੁਣ ਉਹ ਆਪਦੇ ਆਪ 'ਚ ਬੁਰਾ ਮਹਿਸੂਸ ਕਰੂਗਾ, ਅਤੇ ਜਦੋਂ ਬੁਰਾ ਮਹਿਸੂਸ ਕਰੂਗਾ ਉਦੋਂ ਆਪਣੀ ਗਲਤੀ ਘੱਟ ਸੁਧਾਰੂਗਾ। ਦੂਸਰੇ 'ਤੇ ਤੁਸੀਂ ਰਿਸਪੋਂਡ ਆਪਦੇ ਆਪ 'ਚ ਮਦਰ ਨੇ ਕੀਤਾ ਕਿ ਤੂੰ ਬੱਚਾ ਬਹੁਤ ਚੰਗਾ ਵਾ, ਤੂੰ ਬਹੁਤ ਚੰਗੇ ਕੰਮ ਵੀ ਕਰਦਾ ਵਾ, ਪਰ ਜਿਹੜਾ ਤੂੰ ਬਿਹੇਵੀਅਰ ਕੀਤਾ ਨਾ, ਇਹ ਬਹੁਤ ਬੁਰਾ ਕੀਤਾ, ਤੂੰ ਰਿਮੋਟ ਚਲਾ ਕੇ ਮਾਰਿਆ, ਕੱਚ ਦਾ ਗਲਾਸ ਤੋੜਿਆ, ਇਹ ਬਿਹੇਵੀਅਰ ਬੁਰਾ ਹੋਇਆ ਤੇਰੇ ਤੋਂ, ਇਨਸਾਨ ਤੂੰ ਬੁਰਾ ਨਹੀਂ ਹੈਗਾ ਗਾ, ਤੂੰ ਬਹੁਤ ਚੰਗਾ ਵਾ, ਤੇਰੀਆਂ 'ਚ ਬਹੁਤ ਚੰਗੀਆਂ ਕੁਆਲਿਟੀਆਂ ਵਾ। ਐਨੇ ਮੈਂ ਤੁਹਾਨੂੰ ਦੱਸ ਦੇਵਾਂ ਕਿ 95% ਜਿਹੜੇ ਆਪਣੇ ਵੀ ਜਦੋਂ ਪਰਵਰਿਸ਼ ਹੋ ਰਹੀ ਸੀ, ਅਸੀਂ ਦੂਜਾ ਮੈਸੇਜ ਆਪਦੇ ਪੇਰੈਂਟਸ ਤੋਂ ਸੁਣਿਆ ਜਿੱਥੇ ਤੂੰ ਬੁਰਾ ਵਾਂ, ਤੂੰ ਹਮੇਸ਼ਾ ਹੀ ਗਲਤ ਕੰਮ ਕਰਿਆ ਕਰ, ਤੈਨੂੰ ਜਮਾਂ ਨਹੀਂ ਅਕਲ ਹੈਗੀ, ਇਹੀ ਚੀਜ਼ਾਂ ਅਸੀਂ ਸੁਣੀਆਂ ਵਾਂ ਜਦੋਂ ਅਸੀਂ ਕੋਈ ਗਲਤ ਬਿਹੇਵੀਅਰ ਕੀਤਾ। ਸੋ ਸਾਡਾ ਮਕਸਦ ਹੈ ਹੁਣ ਅਸੀਂ ਉਸ ਬਿਹੇਵੀਅਰ, ਉਸ ਰਿਸਪੋਂਡ ਸਿਸਟਮ ਤੋਂ ਜਾ ਕੇ ਦੂਸਰੇ ਰਿਸਪੋਂਡ ਸਿਸਟਮ 'ਤੇ ਜਾਈਏ ਜਿੱਥੇ ਅਸੀਂ ਬਿਹੇਵੀਅਰ 'ਤੇ ਅਟੈਕ ਕਰੀਏ, ਜਿੱਥੇ ਅਸੀਂ ਬੱਚੇ ਦੀ ਆਈਡੈਂਟੀ 'ਤੇ ਨਾ ਅਟੈਕ ਕਰੀਏ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਬੱਚੇ ਨੂੰ ਬੁਰਾ ਕਹਿਤਾ, ਤੂੰ ਬੁਰਾ ਤੂੰ ਹੈ, ਉਹਦਾ ਸੈਲਫ ਸਟੀਮ ਲੋਵਰ ਜਾਂਦਾ ਵਾ। ਜਦੋਂ ਅਸੀਂ ਬਿਹੇਵੀਅਰ ਨੂੰ ਬੁਰਾ ਬਣਾਤਾ, ਬੱਚੇ ਦਾ ਸੈਲਫ ਸਟੀਮ ਲੋਵਰ ਨਹੀਂ ਜਾਂਦਾ, ਕਿਉਂਕਿ ਹੁਣ ਇੱਕ ਬਾਹਰ ਚੀਜ਼ ਆ ਜਿਹੜੀ ਬੁਰੀ ਆ। ਐਂਡ ਤੁਸੀਂ ਤਜਰਬਾ ਕਰਕੇ ਦੇਖਿਓ ਦੋਨਾਂ ਸਿਚੁਏਸ਼ਨਸ ਦੇ ਵਿੱਚੋਂ, ਜਿੱਥੇ ਬੱਚੇ 'ਤੇ ਤੁਸੀਂ ਬਿਹੇਵੀਅਰ 'ਤੇ ਅਟੈਕ ਕੀਤਾ, ਜਿੱਥੇ ਤੁਸੀਂ ਉਹਨੂੰ ਕਿਹਾ ਤੂੰ ਚੰਗਾ ਵਾ ਪਰ ਤੇਰਾ ਬਿਹੇਵੀਅਰ ਬੁਰਾ ਵਾ, ਤੇਰੇ ਤੋਂ ਕੰਮ ਗਲਤ ਹੋਇਆ ਵਾ, ਇਸ ਸਿਸਟਮ ਦੇ ਵਿੱਚ ਤੁਸੀਂ ਦੇਖਿਓ ਬੱਚਾ ਕਲੀਨ ਅਪ ਮੱਚ ਫੈਸਟਰ ਕਰੂਗਾ, ਉਹਦਾ ਬਿਹੇਵੀਅਰ ਵੀ ਮੱਚ ਫੈਸਟਰ ਬਦਲੂਗਾ, ਬਿਕੋਜ਼ ਉਹ ਬੁਰਾ ਨਹੀਂ ਹੈਗਾ। ਪਰ ਜਦੋਂ ਤੁਸੀਂ ਉਹਨੂੰ ਬੁਰਾ ਬਣਾਤਾ, ਤੂੰ ਬੁਰਾ ਵਾ, ਤੇਥੋਂ ਬੁਰਾ ਕੰਮ ਆ, ਇਹ ਬੱਚਾ ਆਪਦੀ ਜਿਹੜੀ ਕਲੀਨਅਪ ਵੀ, ਆਪਦੀ ਜਿਹੜੀ ਮੈਸਅਪ, ਆਪਦੀ ਸਿਚੁਏਸ਼ਨ, ਆਪਦੀ ਬਿਹੇਵੀਅਰ ਨੂੰ ਚੇਂਜ ਕਰਨ 'ਤੇ ਮੱਚ ਲੌਂਗਰ ਲਾਊਗਾ, ਬਿਕਾਜ਼ ਇਹ ਬੱਚਾ ਆਪਦੇ ਆਪ 'ਚ ਬਹੁਤ ਬੁਰਾ ਫੀਲ ਕਰ ਰਿਹਾ। ਐਂਡ ਜਦੋਂ ਕੋਈ ਬੱਚਾ ਆਪਦੇ ਆਪ 'ਚ ਬੁਰਾ ਫੀਲ ਕਰਦਾ, ਉਹਦਾ ਸੈਲਫ ਸਟੀਮ ਲੋ ਜਾਂਦਾ, ਐਂਡ ਜਦੋਂ ਤੁਹਾਡਾ ਲੋ ਸੈਲਫ ਸਟੀਮ ਹੋ ਜਾਂਦਾ, ਤੁਹਾਡੇ 'ਚ ਬਾਹਰ ਕਰਨ ਦੀਆਂ ਜਿਹੜੀਆਂ ਚੀਜ਼ਾਂ ਵਾ, ਉਹ ਬਹੁਤ ਬਿਰਤੀ ਘੱਟ ਜਾਂਦੀ ਆ। ਸੋ ਹਮੇਸ਼ਾ ਆਪਦੇ ਬੱਚੇ ਨੂੰ ਰਿਸਪੋਂਡ ਕਰਨ ਵਾਲੇ ਇਹ ਸੋਚਿਆ ਕਰੋ, ਮੈਂ ਆਪਦੇ ਬੱਚੇ ਦੀ ਕਿਤੇ ਆਈਡੈਂਟੀ 'ਤੇ ਅਟੈਕ ਤਾਂ ਨਹੀਂ ਕਰ ਰਹੀ, ਕਿਤੇ ਮੈਂ ਬੱਚੇ ਦਾ, ਮੇਰੇ ਦਾ ਸੈਲਫ ਸਟੀਮ ਲੋ ਤਾਂ ਨਹੀਂ ਜਾ ਰਿਹਾ। ਸੋ ਮਕਸਦ ਇਹ ਹੈ ਕਿ ਅਸੀਂ ਬਿਹੇਵੀਅਰ 'ਤੇ ਅਟੈਕ ਕਰਨਾ ਵਾ, ਅਸੀਂ ਉਹਦਾ ਬਿਹੇਵੀਅਰ 'ਤੇ ਫੋਕਸ ਕਰਨਾ ਕਿ ਬਿਹੇਵੀਅਰ ਬੁਰਾ ਹੋਇਆ ਪਰ ਤੂੰ ਹਜੇ ਵੀ ਬਹੁਤ ਚੰਗਾ ਵਾ। ਸੋ ਤੁਸੀਂ ਤਜਰਬਾ ਕਰਕੇ ਦੇਖਿਓ, ਰਿਸਪੋਂਡ ਸਿਸਟਮ ਦੇ ਨਾਲ ਤੁਸੀਂ ਰਿਜ਼ਲਟ ਡਿਫਰੈਂਟ ਵੇਖੋਗੇ ਆਪਣੇ ਬੱਚੇ ਦਾ। ਥੈਂਕ ਯੂ ਸੋ ਮੱਚ।